ਪਿਆਰਿਓ ਸਰਸਾ ਨਦੀ ਤੋਂ ਪਾਰ ਹੋਏ ਕੁੰਮੇ ਮਾਸ਼ਕੀ ਦੀ ਝੁੱਗੀ ਏ ਕੰਢੇ ਸਰਸਾ ਦੇ ਮਾਤਾ ਜੀ ਉਹਦੇ ਵਿੱਚ ਲੈ ਕੇ ਵੜ ਗਏ। ਜਦੋਂ ਅੰਦਰ ਵੜੇ ਨਾ ਬਾਬਾ ਜ਼ੋਰਾਵਰ ਸਿੰਘ ਜੀ ਬਹਿ ਗਏ, ਬਾਬਾ ਫਤਿਹ ਸਿੰਘ ਜੀ ਬਹਿ ਗਏ। ਮਾਤਾ ਜੀ ਬਾਬਾ ਜ਼ੋਰਾਵਰ ਸਿੰਘ ਵੱਲ ਵੇਖੀ ਜਾਂਦੇ ਨੇ ਤੇ ਵੇਖਦਿਆਂ ਵੇਖਦਿਆਂ ਦਿਲ ਚ ਖਿਆਲ ਆਇਆ, ਮੇਰੇ ਲਾਲਨਾ ਤੂੰ ਵੀ ਤੇ ਏਡਾ ਕੋਈ ਸੀ ਨਾ, ਜਦੋਂ ਪਟਨਾ ਸਾਹਿਬ ਕਿਹਾ ਸੀ ਮਾਂ ਘਰ ਉੱਜੜ ਕੇ ਹੀ ਰਹਿਣਾ, ਅੰਮੀਏ ਇਹ ਘਰ ਨੇ ਇੱਕ ਦਿਨ ਉੱਜੜਨਾ ਹੀ ਹੈ। ਜਦੋਂ ਕੰਗਣ ਸੁੱਟੇ ਸੀ ਮੇਰੇ ਬੱਚੜਿਆ ਤੇਰੇ ਬੋਲ ਸੱਤ ਹੋ ਗਏ, ਪਰ ਹੁਣ ਕਿਹੜੇ ਪਾਸੇ ਜਾਵਾਂਗੀ? ਇੰਨੇ ਨੂੰ ਆਵਾਜ਼ ਪਈ ਮਾਂ ਮੈਂ ਜੋ ਹੈਗਾ ਤੇਰੇ ਨਾਲ। ਇਹ ਆਵਾਜ਼ ਕਹਿੰਦੀ ਏ, ਕਹਿੰਦੇ ਜੀ ਗੰਗੂ ਨੌਕਰ ਨਾਲ ਸੀ ਸਤਿਗੁਰ ਦੇ ਦਰਦਾ, ਮੇਰੇ ਨਾਲ ਚਲੋ ਬੇਫਿਕਰ ਹੋ ਸਿਰ ਚਰਨੀ ਧਰਦਾ। ਕਹਿੰਦਾ ਨਾ ਘਬਰਾਵੋ ਮਾਤਾ ਜੀ ਇਹ ਭਾਣਾ ਹਰਦਾ, ਉਹ ਲਿਖਿਆ ਜੋ ਕਰਤਾਰ ਦਾ ਨਾ ਕੋਮਲ ਟਰਦਾ, ਜੋ ਪਰਮੇਸ਼ਰ ਨੇ ਲਿਖ ਦਿੱਤਾ ਉਹ ਤੇ ਮਾਂ ਹੋ ਕੇ ਹੀ ਰਹਿਣਾ। ਅੰਮੀਏ ਆ ਮੇਰੇ ਨਾਲ ਮੇਰੇ ਪਿੰਡ ਚ ਆ। ਮਾਤਾ ਜੀ ਦਾ ਸਮਾਨ ਚੁੱਕਿਆ ਲੱਦ ਲਿਆ ਤੁਰ ਪਿਆ ਪਿੰਡ ਲੈ ਗਿਆ। ਇਤਿਹਾਸਕਾਰ ਕਹਿੰਦੇ ਇਹਦੇ ਮਨ ਦੇ ਵਿੱਚ ਪਹਿਲਾਂ ਖੋਟ ਨਹੀਂ ਸੀ, ਜਦੋਂ ਮਾਤਾ ਜੀ ਕੋਲ ਮਾਇਆ ਵੇਖੀ ਨਾ ਪਾਪੀ ਦਾ ਮਨ ਲਲਚਾ ਗਿਆ, ਆਪਣੀ ਮਾਂ ਸੋਭੀ ਕੋਲ ਚਲਿਆ ਗਿਆ। ਮਾਂ ਜੇ ਬੁਰਾ ਨਾ ਮਨਾਵੇ ਤੇ ਇੱਕ ਗੱਲ ਆਖਾਂ, ਕਹਿਣ ਲੱਗੀ ਪੁੱਤ ਕੀ? ਮਾਂ ਮਾਤਾ ਗੁਜਰੀ ਕੋਲ ਮਾਇਆ ਬੜੀ ਹੈ, ਬੜਾ ਧਨ ਹੈ, ਅੰਮੀਏ ਅਖੀਰ ਬਣਾਉਣੀ ਹੈ ਜੇ ਜ਼ਹਿਰ ਪਾ ਦੇ, ਇਹਨਾਂ ਦਾ ਕਿਸੇ ਨੂੰ ਨਹੀਂ ਪਤਾ, ਇਹਨਾਂ ਨੂੰ ਮੈਂ ਆਪ ਹੀ ਕਿਤੇ ਟਿਕਾਣੇ ਲਾ ਦਿਆਂਗਾ, ਬਸ ਕਹਾਣੀ ਖਤਮ ਹੋ ਜਾਏਗੀ ਤੇ ਮਾਇਆ ਪਰ ਰਾਤੋ ਰਾਤ ਅਮੀਰ ਹੋ ਜਾਵਾਂਗੇ। ਮਾਂ ਕਹਿਣ ਲੱਗੀ ਗੰਗਿਆ ਤੇਰੇ ਲੱਖ ਲਾਹਣ ਤੇ। ਉਹ ਗੰਗਿਆ ਜਿਹੜੇ ਘਰ 21 ਸਾਲ ਹੋ ਗਿਆ ਤੈਨੂੰ ਖਾਂਦੇ ਨੂੰ, ਅੱਜ ਇੱਕ ਦਿਨ ਉਹਨਾਂ ਦੇ ਦਿੱਤੇ ਵਿੱਚੋਂ ਖਲਾਉਣਾ ਪੈ ਗਿਆ ਤੇ ਜ਼ਹਿਰ ਖਲਾਉਣਾ ਹੋਏ, ਤੇਰੀ ਮੱਤ ਮਾਰੀ ਗਈ ਹੈ ਪਾਪੀਆ। ਇਹ ਮਾਂ ਤੇ ਬੜੇ ਵੱਡੇ ਦਿਲ ਵਾਲੀ ਹੈ, ਓਏ ਇਹ ਮਾਂ ਤੋਂ ਤੇ ਪੰਡਤਾਂ ਨੇ ਆ ਕੇ ਇਹਦੇ ਸਿਰ ਦਾ ਸਾਈ ਮੰਗਿਆ, ਇਹਨੇ ਸਿਰ ਦਾ ਸਾਈ ਤੋੜ ਦਿੱਤਾ। ਇਹ ਮਾਇਆ ਕਿਹੜੀ ਗੱਲ ਹੈ, ਮਾਇਆ ਮੰਗ ਲਾ ਮਾਂ ਤੈਨੂੰ ਮਾਇਆ ਦੇ ਕੇ ਤੋੜ ਦੂ। ਮਾਤਾ ਜੀ ਕੋਲ ਆ ਗਿਆ, ਕਹਿੰਦਾ ਮਾਂ ਬੜੀ ਮਾਇਆ ਇਕੱਠੀ ਕਰੀ ਫਿਰਦੀ ਹੈ, ਕੀ ਕਰਨੀ ਹੈ? ਮਾਂ ਜਾਣ ਗਈ ਕਿ ਇਹਦਾ ਦਿਲ ਲਲਚਾ ਗਿਆ। ਮਾਤਾ ਜੀ ਕਹਿੰਦੇ ਗੰਗਾ ਰਾਮਾ ਆ ਵੇਖਣਾ, ਨਾ ਮੇਰਾ ਪੁੱਤਰ ਨਾਲ ਏ ਨਾ ਮੇਰੀਆਂ ਨੂੰਹਾਂ ਨਾਲ ਨੇ, ਬਚੜਿਆ ਕੱਲ ਨੂੰ ਮੇਰੇ ਪੁੱਤ ਇਹ ਜਵਾਨ ਹੋਣਗੇ ਨਾ ਤੇ ਇਹਨਾਂ ਦੇ ਆਨੰਦ ਕਾਰਜ ਜਿਉਂ ਕਰਨੇ ਹੋਏ, ਮਾਇਆ ਦੀ ਲੋੜ ਤੇ ਪੈਣੀ ਹੈ ਨਾ, ਨਾਲੇ ਆਨੰਦ ਕਾਰਜਾਂ ਤੇ ਨਾਲੇ ਤੇਰੇ ਵਰਗੇ ਵਿਚੋਲੇ ਨੂੰ ਵੀ ਤੇ ਚਾਰ ਕੌਡਾਂ ਦੇਣੀਆਂ ਹੀ ਪੈਣੀਆਂ, ਇਹ ਮਾਇਆ ਤਾਂ ਚੱਕੀ ਫਿਰਦੀ ਹੈ। ਫੇਰ ਨੀ ਸਮਝਿਆ, ਰਾਤ ਪਈ ਸਮਝਦਾ ਮਾਂ ਸੌ ਗਈ ਏ, ਧਨ ਚੁੱਕਿਆ ਚੋ ਦੇ ਵਿੱਚ ਦੱਬ ਕੇ ਆ ਗਿਆ ਤੇ ਜਦੋਂ ਵਾਪਸ ਆਇਆ ਨਾ ਤੇ ਮਾਤਾ ਜੀ ਦੇ ਕੋਲ ਆ ਗਿਆ, ਅੰਮ੍ਰਿਤ ਵੇਲਾ ਵੀ ਹੋ ਗਿਆ ਤੇ ਉਧਰ ਮਾਤਾ ਜੀ ਕਹਿੰਦੇ ਲਾਲ ਚੰਗਾ ਹੋਇਆ ਤੂੰ ਖਜ਼ਾਨਾ ਸਾਂਭ ਲਿਆ, ਮੈਂ ਤੇ ਅੱਗੇ ਸੋਚਦੀ ਸਾਂ ਕਿੱਥੇ ਚੱਕੀ ਫਿਰਾਂਗੇ। ਖਜ਼ਾਨਾ ਮਾਂ ਕਿਹੜਾ ਖਜ਼ਾਨਾ? ਕਹਿਣ ਲੱਗੀ ਬੱਚਿਆ ਉਹ ਜਿਹੜਾ ਚੁੱਕ ਕੇ ਲਗਿਆ। ਮਾਂ ਮੈਂ ਚੁੱਕ ਕੇ ਲਗਿਆ, ਚੋਰ ਦੇ ਪੈਰ ਨਹੀਂ ਹੁੰਦੇ ਤੇ ਮਾਇਆ ਵੱਡਿਆਂ ਵੱਡਿਆਂ ਦੀ ਮੱਤ ਮਾਰ ਦਿੰਦੀ ਹੈ। ਇੱਕ ਵਿਦਵਾਨ ਨੇ ਕੁੰਡਲੀਆ ਲਿਖਿਆ, ਕੁੰਡਲੀਆ ਉਹ ਕੁੰਡਲੀਆ ਉਹਨੂੰ ਕਹਿੰਦੇ ਨੇ ਜਿਹੜੇ ਅੱਖਰ ਤੋਂ ਸ਼ੁਰੂ ਹੋਵੇ ਉਹਦੇ ਉੱਤੇ ਖਤਮ ਹੋਵੇ।
ਉਹ ਕਹਿੰਦਾ ਜੀ ਮਾਇਆ ਕੇ ਦੋ ਦਾਓ ਹੈ ਦੋ। ਕਿਹੜੇ ਕਿਹੜੇ? ਮਾਇਆ ਕੇ ਦੋ ਦਾਓ ਹੈ, ਦੋਏ ਕਰੇ ਜੋਤ ਮਾਰ, ਆਏ ਤੇ ਬੁਰਾਏ ਨਾਰ। ਜਿਹਦੇ ਕੋਲ ਆ ਜਾਏ ਨਾ ਤੇ ਦੂਜਿਆਂ ਨੂੰ ਸਿੱਧੇ ਮੂੰਹ ਬੋਲਦਾ ਨਹੀਂ, ਆਏ ਤੇ ਬੁਰਾਏ ਨਾਰ, ਜਾਏ ਕਰੇ ਖੁਆਰ। ਉਹ ਜਾਏ ਕਰੇ ਖੁਆਰ, ਮਰੇ ਨਰ ਝੂਰ ਝੂਰ ਕੇ, ਆਏ ਬਦੇ ਹੰਕਾਰ, ਤੁਰੇ ਨਰ ਘੂਰ ਘੂਰ ਕੇ, ਬਿਰ ਵਿਚਾਰ ਦੁਹਕਾਰ। ਸਾਰ ਸੰਤਨ ਫਰਮਾਇਆ, ਮੂਰਖ ਕੋ ਦੁੱਖ ਦੇਤ ਆਵਤੀ ਜਾਤੀ ਮਾਇਆ। ਮੂਰਖ ਨੂੰ ਦੁੱਖ ਹੀ ਦਿੰਦੀ ਹੈ, ਆਉਂਦੀ ਨਾ ਤੇ ਵਾਹਿਗੁਰੂ ਨਾ ਕਰੇ ਜਿਹਦੇ ਕੋਲੋਂ ਆ ਕੇ ਚਲੇ ਜਾਂਦੀ ਉਹਨੂੰ ਪੁੱਛ ਕੇ ਵੇਖਿਓ ਵੀ ਤੇਰਾ ਕੀ ਹਾਲ ਏ, ਬੋਲ ਨਹੀਂ ਹੁੰਦਾ। ਕਹਿੰਦਾ ਬੜੀ ਹੁੰਦੀ ਸੀ ਕੋਲ, ਹੁਣ ਤੇ ਲੋਕਾਂ ਕੋਲ ਮੰਗ ਕੇ ਗੁਜ਼ਾਰਾ ਕਰਦੇ। ਮੈਂ ਕਈ ਵੇਖੇ ਜਿਹੜੇ ਨਾ ਫੂਕਦੇ ਸੀ ਮਾਇਆ, ਸਮੈਕਾਂ ਉੱਤੇ ਅੱਜ ਵੀ ਕਈ ਫੂਕੀ ਜਾਂਦੇ ਨੇ, ਤੇ ਗੁਰੂ ਕੇ ਪਿਆਰਿਆਂ ਉੱਤੇ ਊਜਾਂ ਕਸੀ ਜਾਂਦੇ ਨੇ ਉਹੋ ਜਿਹੇ ਦੁਸ਼ਟ, ਤੇ ਫਿਰ ਮੰਗਦੇ ਫਿਰਦੇ ਨੇ ਠੂਠੇ ਫੜ ਕੇ ਹੱਥਾਂ ਦੇ ਵਿੱਚ। ਪਿਆਰਿਓ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਉਹਨਾਂ ਦੇ ਲਾਲ, ਉਹਨਾਂ ਦੇ ਬੱਚੇ ਤੇ ਮਾਤਾ ਗੁਜਰੀ। ਜਦੋਂ ਹੁਣ ਜ਼ਾਲਮ ਨੇ ਵੇਖਿਆ ਨਾ ਕਿ ਮੇਰੇ ਤੇ ਸ਼ੱਕ ਹੋ ਗਿਆ, ਰੌਲਾ ਪਾਉਣ ਲੱਗਾ, ਮਾਂ ਕਹਿੰਦੀ ਰੌਲਾ ਨਾ ਪਾ ਗੰਗਿਆ, ਮਾਇਆ ਚਾਹੀਦੀ ਰੱਖ ਲੈ, ਹੋਰ ਵੀ ਲੈ ਲਿਆਗੀ ਜੇ ਮੇਰਾ ਕਿਤੇ ਲਾਲ ਮਿਲ ਗਿਆ, ਪਰ ਰੌਲਾ ਕਿਉਂ ਪਾਉਣਾ ਹੋਏ? ਕਹਿੰਦਾ ਅੱਛਾ, ਇੱਕ ਤੇ ਤੁਹਾਨੂੰ ਬਾਗੀਆਂ ਨੂੰ ਦਿੱਤੀ ਘਰ ਚ ਪੰਨਾ, ਸਰਕਾਰ ਨਾਲ ਲਈ ਦੁਸ਼ਮਣੀ, ਤੇ ਉਹ ਤੋਂ ਮੈਨੂੰ ਹੀ ਤੁਸੀਂ ਇਹ ਗੱਲ ਕਹਿ ਦਿੱਤੀ ਕਿ ਮੈਂ ਚੋਰ ਆ, ਉਲਟਾ ਮੇਰੇ ਘਰ ਵੜ ਕੇ ਮੈਨੂੰ ਹੀ ਚੋਰ ਬਣਾਈ ਜਾਂਦੇ ਹੋ। ਮੈਂ ਹੁਣੇ ਦੱਸਦਾ, ਬਾਹਰੋਂ ਜੰਦਰਾ ਮਾਰਿਆ, ਮੁਰਿੰਡੇ ਆ ਗਿਆ, ਜਾਨੀ ਖਾਂ ਮਾਨੀ ਖਾਂ ਨੂੰ ਕਹਿੰਦਾ ਜੇ ਮੈਂ ਗੁਰੂ ਗੋਬਿੰਦ ਸਿੰਘ ਦੇ ਬੱਚੇ ਤੇ ਉਹਨਾਂ ਦੀ ਮਾਤਾ ਫੜਾ ਦਿਆਂ ਕੀ ਦਿਓਗੇ ਓਏ? ਉਹ ਕਹਿਣ ਲੱਗੇ ਬੜਾ ਕੁਝ, ਬੜੇ ਵੱਡੇ ਵੱਡੇ ਇਨਾਮ ਮਿਲਣਗੇ, ਤੂੰ ਵੀ ਮਾਲਾ ਮਾਲ ਹੋ ਜਾਏਗਾ ਤੇ ਅਸੀਂ ਵੀ ਮਾਲਾ ਮਾਲ ਹੋ ਜਾਏਂਗੇ। ਉਹਨਾਂ ਨੂੰ ਲੈ ਕੇ ਘਰ ਆ ਗਿਆ, ਉਹਨਾਂ ਨੇ ਦਰਵਾਜ਼ਾ ਖੋਲਿਆ, ਕੀ ਵੇਖਿਆ? ਅੰਦਰ ਚੌਂਕੜੀ ਲੱਗੀ ਹੋਈ ਹੈ, ਮਾਂ ਗੁਜਰੀ ਦੀ ਸਿਮਰਨ ਦੇ ਵਿੱਚ ਲੀਨ ਹੈ, ਸਾਹਿਬਜ਼ਾਦਿਆਂ ਦੀਆਂ ਚੌਂਕੜੀਆਂ ਲੱਗੀਆਂ ਹੋਈਆਂ। ਜਦੋਂ ਵੇਖੇ ਨੇ ਇੱਕ ਵਾਰੀ ਤੇ ਮਨ ਉਹਨਾਂ ਦਾ ਵੀ ਪਸੀਜ ਗਿਆ, ਪਰ ਆਵਾਜ਼ ਦਿੱਤੀ, ਮਾਂ ਤੈਨੂੰ ਗ੍ਰਿਫਤਾਰ ਕਰਨ ਦੇ ਲਈ ਆਏ ਆ। ਮਾਂ ਧੰਨ ਮਾਂ ਗੁਜਰੀ, ਕਹਿੰਦੀ ਚਲੋ ਬੱਚਿਓ, ਤੁਸੀਂ ਕੌਣ ਹੋ ਗ੍ਰਿਫਤਾਰ ਕਰਨ ਵਾਲੇ? ਜੋ ਮਾਲਕ ਦਾ ਲਿਖਿਆ ਉਹ ਮੇਰੇ ਹੀਰਿਓ, ਮੇਰੇ ਚੰਨਿਓ ਹੋ ਕੇ ਹੀ ਰਹਿਣਾ, ਉਹ ਮੇਰੇ ਸੋਹਣਿਓ ਚੱਲੋ। ਜਦੋਂ ਤੁਰਨ ਲੱਗੀ ਨਾ ਮਾਂ, ਕਹਿੰਦੀ ਅੱਛਾ ਗੰਗਾ ਰਾਮਾ, ਜਿਹੜੀ ਮਾਇਆ ਲਈ ਏਡਾ ਧਰੋਕ ਮਾਇਆ, ਇਹਨੇ ਤੇਰਾ ਸਾਥ ਨਹੀਂ ਦੇਣਾ। ਤੇ ਪੁਲਿਸ ਵਾਲਿਆਂ ਦੇ ਤੇ ਕੰਨ ਹੋ ਗਏ ਖੜੇ, ਕਹਿੰਦੇ ਮਾਇਆ ਕਿਹੜੀ ਮਾਇਆ ਓਏ, ਦੱਸ ਸਾਨੂੰ। ਇਹ ਪਹਿਲਾਂ ਤੇ ਆਲਾ ਟਾਲਾ ਕਰੇ, ਜਦੋਂ ਉਹਨਾਂ ਨੇ ਬਾਬਾ ਫੈਂਟਾ ਚਾੜਿਆ ਨਾ, ਕਹਿੰਦਾ ਜੀ ਹੈਗੀ ਏ, ਚੋਚ ਦੱਬੀ ਹੋਈ ਆ। ਜਦੋਂ ਉੱਥੇ ਗਿਆ ਤੇ ਪਾਣੀ ਉਧਰੋਂ ਬਾਬਾ ਵਗ ਗਿਆ, ਤੇ ਉਹ ਲੱਭੀ ਨਾ ਮਾਇਆ, ਉਹਨੇ ਕੁੱਟ ਕੁੱਟ ਕੇ ਕਮਲਾ ਕਰ ਦਿੱਤਾ, ਝੱਲਾ ਹੋ ਗਿਆ, ਸੁਦਾਈ ਹੋ ਗਿਆ। ਜਿਹੜੀ ਮਾਇਆ ਦੇ ਲਈ ਏਡਾ ਵੱਡਾ ਕੁਕਰਮ ਕੀਤਾ, ਮੱਥੇ ਤੇ ਕਲੰਕ ਲਾਇਆ, ਉਹ ਮਾਇਆ ਵੀ ਸਾਥ ਨਾ ਗਈ। ਇਹ ਨੀ ਸਾਥ ਜਾਂਦੀ ਕਿਸੇ ਦੀ, ਮਾਇਆ ਮਮਤਾ ਮੋਹਣੀ, ਜਿਨ ਬਿਨ ਦੰਤਾਂ ਜਗ ਖਾਇਆ। ਪਰ ਮਹਾਰਾਜ ਕਹਿੰਦੇ ਮਨਮੁਖ ਖਾਧੇ ਗੁਰਮੁਖ ਉਭਰੇ, ਜਿਹਨੇ ਸੱਚ ਨਾਮ ਚਿੱਤ ਲਾਇਆ, ਜਿਹੜੇ ਸਿਮਰਨ ਕਰਦੇ ਨੇ ਸਤਨਾਮ ਸ੍ਰੀ ਵਾਹਿਗੁਰੂ, ਉਹਨਾਂ ਦੇ ਕੁਝ ਨਹੀਂ ਵਿਗਾੜ ਸਕਦੀ, ਉਹਨਾਂ ਦੇ ਚਰਨਾਂ ਦੀ। ਭਾਈ ਸਾਹਿਬ ਗੁਰਦਾਸ ਜੀ ਕਹਿੰਦੇ ਦਾਸੀ ਹੈ। ਖੈਰ ਪਿਆਰਿਓ, ਮੈਂ ਲੰਬਾ ਨਾ ਕਰਾਂ ਇਤਿਹਾਸ ਨੂੰ। ਉਹ ਮਾਤਾ ਜੀ ਨੂੰ ਤੇ ਬੱਚਿਆਂ ਨੂੰ ਗ੍ਰਿਫਤਾਰ ਕਰਕੇ ਮੁਰਿੰਡੇ ਲੈ ਆਏ, ਕੋਤਵਾਲੀ ਵਿੱਚ ਮਾਂ ਗੁਜਰੀ ਨੂੰ ਕੈਦ ਕਰ ਦਿੱਤਾ।
ਮਾਤਾ ਗੁਜਰੀ ਪਹਿਲੀ ਮਾਂ ਹੈ ਜਿਹਨੂੰ ਸਿੱਖ ਇਤਿਹਾਸ ਦੇ ਵਿੱਚ ਸਭ ਤੋਂ ਪਹਿਲਾਂ ਕੈਦ ਕੱਟਣੀ ਪਈ ਹੈ। ਕੈਦ ਕਰ ਦਿੱਤਾ, ਸਵੇਰਾ ਹੋਇਆ ਉੱਥੋਂ ਮਾਤਾ ਜੀ ਨੂੰ ਸਾਹਿਬਜ਼ਾਦਿਆਂ ਨੂੰ ਲੈ ਕੇ ਤੁਰ ਪਏ ਇਸ ਸਰਹਿੰਦ ਸਾਹਿਬ ਸ਼ਹਿਰ ਵੱਲ ਨੂੰ। ਜਦੋਂ ਇੱਧਰ ਨੂੰ ਤੁਰੇ ਨਾ, ਸਾਹਿਬਜ਼ਾਦਿਆਂ ਨੇ ਉੱਚੀਆਂ ਉੱਚੀਆਂ ਅਟਾਰੀਆਂ ਵੇਖੀਆਂ। ਇਹ ਬੜਾ ਘੁੱਗ ਬਸ ਦਾ ਸ਼ਹਿਰ ਸੀ ਜਦੋਂ ਵੇਖਿਆ ਨਾ, ਤੇ ਬਾਬਾ ਫਤਿਹ ਸਿੰਘ ਜੀ ਛੋਟੇ ਸਨ, ਕਹਿੰਦੇ ਮਾਂ ਮੈਨੂੰ ਨਿੱਕੇ ਜਿਹੇ ਹੁੰਦੇ ਨੂੰ ਤੂੰ ਆਂਦੀ ਹੁੰਦੀ ਸੀ ਜਦੋਂ ਮੇਰੀ ਮਾਤਾ ਸੱਚਖੰਡ ਚਲੀ ਗਈ ਸੀ, ਮੈਂ ਆਖਿਆ ਸੀ ਮੈਂ ਵੀ ਨਾਲ ਹੀ ਜਾਣਾ, ਤੇ ਮਾਂ ਤੂੰ ਕਿਹਾ ਸੀ ਵੀ ਮੈਂ ਤੈਨੂੰ ਨਾਲ ਲੈ ਕੇ ਚੱਲਾਂਗੀ, ਕਿਤੇ ਸੱਚਖੰਡ ਤੇ ਨਹੀਂ ਆਪਾਂ ਚੱਲੇ? ਮਾਂ ਇਹ ਕਿਤੇ ਸੱਚਖੰਡ ਤੇ ਨਹੀਂ? ਮਾਂ ਗੁਜਰੀ ਕਹਿੰਦੀ ਨਹੀਂ ਸੁਣਿਆ, ਇਹ ਸੱਚਖੰਡ ਨਹੀਂ, ਪਰ ਸੱਚਖੰਡ ਨੂੰ ਜਾਣ ਦੀਆਂ ਟਿਕਟਾਂ ਆਪਾਂ ਨੂੰ ਇੱਥੋਂ ਹੀ ਮਿਲਣੀਆਂ ਨੇ, ਸੱਚਖੰਡ ਇੱਥੋਂ ਹੀ ਜਾਵਾਂਗੇ, ਇਹੀ ਉਹ ਸ਼ਹਿਰ ਹੈ। ਇੱਥੇ ਲੈ ਆਂਦਾ ਗਿਆ, ਜ਼ਿਕਰ ਕੀਤਾ ਨਾ, ਮਹਾਂਪੁਰਖਾਂ ਨੇ ਠੰਡੇ ਬੁਰਜ ਦੇ ਵਿੱਚ ਕੈਦ ਕਰ ਦਿੱਤਾ। ਨਾ ਕੁਝ ਉੱਪਰ ਲੈਣ ਵਾਸਤੇ ਕੱਪੜਾ, ਨਾ ਮਾਤਾ ਦੇ ਕੋਲ ਪਿਆਰਿਓ ਬੱਚਿਆਂ ਉੱਤੇ ਦੇਣ ਲਈ ਕੋਈ ਭਾਰਾ ਕੱਪੜਾ। ਕਹਿਰਾਂ ਦੀ ਸਰਦੀ, ਕੋਰਾ ਕੱਕਰ, ਬਰਫੀਲੀਆਂ ਰਾਤਾਂ, ਠੰਡੀਆਂ ਹਵਾਵਾਂ ਦੇ ਬੁੱਲੇ ਆਉਂਦੇ ਨੇ, ਸਰੀਰ ਨੂੰ ਚੀਰ ਕੇ ਲੰਘਦੇ ਨੇ, ਪਰ ਧੰਨ ਮਾਂ ਗੁਜਰੀ ਜੀ ਆਪਣੇ ਪੋਤਰਿਆਂ ਨੂੰ ਗੋਦ ਦੇ ਵਿੱਚ ਬਿਠਾਇਆ ਹੋਇਆ ਤੇ ਕਹਿ ਰਹੀ ਹੈ ਲਾਲ ਜੀ ਦਾਤੀ ਬਾਓ ਨਾ ਲੱਗਈ, ਪਾਰ ਬ੍ਰਹਮ ਸਰਨ ਆਈ, ਚੌ ਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਭਾਈ। ਮਾਂ ਆਪਾਂ ਹੁਣ ਇੱਥੇ ਹੀ ਰਹਿਣਾ? ਮਾਤਾ ਜੀ ਕਹਿੰਦੀ ਹਾਂ ਲਾਲ ਜੀ, ਜ਼ਾਲਮ ਨੇ ਆਪਾਂ ਨੂੰ ਕੈਦ ਕਰ ਲਿਆ ਹੈ। ਉਧਰ ਵਜ਼ੀਰ ਖਾਨ ਸੂਬਾ ਸਰਹੰਦ ਬੜਾ ਖੁਸ਼ ਹੋਇਆ ਜਦੋਂ ਪਤਾ ਲੱਗਾ ਕਿ ਕੈਦ ਦੇ ਵਿੱਚ ਬੱਚੇ ਤੇ ਉਹਨਾਂ ਦੇ ਮਾਤਾ ਜੀ ਆ ਗਏ ਨੇ ਗੁਰੂ ਗੋਬਿੰਦ ਸਿੰਘ ਜੀ ਦੇ। ਉਹ ਕਹਿੰਦਾ ਜਿਹੜਾ ਗੁਰੂ ਗੋਬਿੰਦ ਸਿੰਘ ਚਮਕੌਰ ਚੋਂ ਬਚ ਕੇ ਭੱਜ ਗਿਆ ਉਹ ਹੁਣ ਆਵੇਗਾ ਮੇਰੇ ਕੋਲ, ਮਿੰਤਾਂ ਤਰਲੇ ਹਾੜੇ ਕੱਢੇਗਾ, ਹੁਣ ਮੈਂ ਗੁਰੂ ਗੋਬਿੰਦ ਸਿੰਘ ਨੂੰ ਇਹਨਾਂ ਬੱਚਿਆਂ ਦੇ ਜ਼ਰੀਏ ਝੁਕਾ ਦਿਆਂਗਾ। ਉਹ ਤੂੰ ਗੁਰੂ ਗੋਬਿੰਦ ਸਿੰਘ ਦੀ ਗੱਲ ਕਰਦਾ ਦੁਸ਼ਟਾ, ਤੇਰੇ ਕੋਲੋਂ ਤਾਂ ਛੋਟੇ ਛੋਟੇ ਸਾਹਿਬਜ਼ਾਦੇ ਨੇ ਝੁਕਾਏ ਜਾਣੇ ਹੋਏ, ਕਿੱਥੇ ਭੁੱਲਿਆ ਫਿਰਦਾ, ਸਾਹਿਬਜ਼ਾਦੇ ਕੈਦ ਦੇ ਵਿੱਚ ਨੇ। ਰਾਤ ਗੁਜ਼ਰਦੀ ਜਾਂਦੀ ਏ ਤੇ ਦਾਦੀ ਮਾਂ ਸਿੱਖਿਆ ਵਧਾ ਕੀ ਦਿੰਦੀ ਏ, ਲਾਡਾਂ ਪਾਲਿਓ ਤੁਸਾਂ ਦੇ ਵੱਡਿਆਂ ਨੇ ਬੜੀਆਂ ਔਖੀਆਂ ਘਾਲਣਾ ਘਾਲੀਆਂ ਨੇ, ਉਹ ਵਹਿ ਕੇ ਅੱਗ ਵਰਗੀ ਸੜਦੀ ਲੋਹ ਉੱਤੇ ਆਪਣੇ ਜਿਸਮ ਦੀਆਂ ਚਰਬੀਆਂ ਢਾਲੀਆਂ ਨੇ। ਲਾਲ ਜੀ ਉਹ ਤੱਤੀਆਂ ਤਵੀਆਂ ਤੇ ਬਹਿ ਗਏ, ਉਹ ਰਿੱਝ ਦੀਆਂ ਦੇਗਾਂ ਚ ਉੱਪਲ ਗਏ, ਸੀਸ ਤੇ ਤੱਤੀ ਰੇਤ ਤੇ ਪਵਾ ਲਈ, ਪਰ ਉਹਨਾਂ ਸੀ ਨਹੀਂ ਆਖੀ। ਵਾਂਗ ਵੱਡਿਆਂ ਦੇ ਅੱਜ ਤੁਸਾਂ ਲਈ ਵੀ ਇਮਤਿਹਾਨ ਦਾ ਦਿਨ ਆ ਗਿਆ ਲੱਗਦਾ। ਮੇਰੇ ਬੱਚਿਓ ਤੁਹਾਡੇ ਦਾਦੇ ਦੀ ਚਿੱਟੀ ਚਾਦਰ ਕਿਤੇ ਦਾਗੀ ਨਾ ਹੋ ਜਾਏ, ਤੁਹਾਡੇ ਦਾਦੇ ਦਾ ਫੁਰਮਾਨ ਹੈ ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀਏ, ਮਨ ਲੋਚੇ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀਏ, ਓਏ ਬਾਹੇ ਜਿਨ੍ਹਾਂ ਦੀ ਪਕੜੀਏ ਸਿਰ ਤੀਜੇ ਵਾਹੇ ਨਾ ਛੋੜੀਏ। ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋੜੀਏ। ਬੱਚਿਓ ਧਰਮ ਨਿਭਾਉਣਾ ਧਰਮ, ਤੇ ਸਾਹਿਬਜ਼ਾਦੇ ਪਤਾ ਕੀ ਕਹਿੰਦੇ, ਕਹਿੰਦੇ ਮਾਂ ਹਮਰੇ ਬੰਸ ਰੀਤ ਇਹ ਆਈ, ਸੀਸ ਦੇਤ ਪਰ ਸਿਰ ਨਾ ਜਾਈ। ਇਹ ਸਿਰ ਵੀ ਦੇ ਦਿੰਦੇ ਨੇ ਪਰ ਸਿਰ ਨਹੀਂ ਛੱਡਦੇ, ਧਰਮੋਂ ਨਹੀਂ ਹਾਰਦੇ। ਉਹ ਮੀਏ ਅਸੀਂ ਇਹ ਗੱਲ ਨੂੰ ਜਾਣਦੇ ਹਾਂ, ਸਾਡੀ ਸੰਤ ਸਿਪਾਹੀ ਇਤਿਹਾਸ ਅੰਦਰ
ਸਾਡੀ ਸੰਤ ਸਿਪਾਹੀ ਇਤਿਹਾਸ ਅੰਦਰ ਆਲੀ ਉਦੋਂ ਵੀ ਸੀ ਅਲ ਅਜੇ ਵੀ ਹੈ। ਉਹ ਜਿਹਦੇ ਵਿੱਚ ਨਾ ਭੈ ਤੇ ਭਰਮੇ ਆਵੇ, ਖਾਲੀ ਉਦੋਂ ਵੀ ਸੀ ਖਲ ਅਜੇ ਵੀ ਹੈ। ਸਿੱਖ ਪੰਥ ਦੇ ਬੈਰੀ ਨੂੰ ਸੋਧਣੇ ਦਾ ਬਲ ਉਦੋਂ ਵੀ ਸੀ, ਬਲ ਅਜੇ ਵੀ ਹੈ। ਹੱਸ ਹੱਸ ਕੇ ਸਿੱਖੀ ਲਈ ਮਰਨ ਵਾਲਾ ਚੱਲ ਉਦੋਂ ਵੀ ਸੀ ਤੇ ਚੱਲ ਅਜੇ ਵੀ ਹੈ। ਡੋਲਾਂਗੇ ਨਹੀਂ, ਥਿੜਕਾਂਗੇ ਨਹੀਂ। ਮਾਂ ਕਹਿਣ ਲੱਗੀ ਠੀਕ ਹੈ ਬੱਚਿਓ, ਗੱਲਾਂ ਕਰਦੇ ਅੰਮ੍ਰਿਤ ਵੇਲਾ ਹੋ ਗਿਆ। ਮਾਤਾ ਨੇ ਹੱਥੀ ਆਪਣੇ ਬੱਚਿਆਂ ਨੂੰ ਤਿਆਰ ਕੀਤਾ, ਸੀਸ ਦੇ ਉੱਤੇ ਦੁਮਾਲੇ ਸਜਾਏ ਨੇ, ਛੋਟੀਆਂ ਛੋਟੀਆਂ ਕਲਗੀਆਂ ਨਾ ਉਹ ਲਾ ਦਿੱਤੀਆਂ। ਪਤਾ ਕਿਉਂ? ਕਿ ਲੋਕਾਂ ਨੂੰ ਇਹ ਪੁੱਛਣਾ ਨਾ ਪਵੇ ਕਿਸੇ ਨੂੰ ਇਹ ਕੌਣ ਨੇ, ਲੋਕਾਂ ਨੂੰ ਇਹ ਗੱਲ ਨਾ ਕਹਿਣੀ ਪਵੇ ਵੀ ਇਹ ਕਿੱਥੋਂ ਆਏ ਨੇ, ਆਪਣੇ ਆਪ ਹੀ ਪਤਾ ਚੱਲ ਜਾਵੇ ਵੀ ਕਲਗੀਆਂ ਲੱਗੀਆਂ ਹੋਈਆਂ ਤੇ ਕਲਗੀਆਂ ਵਾਲੇ ਦੇ ਲਾਲ ਨੇ। ਇਹ ਗੁਰੂ ਗੋਬਿੰਦ ਸਿੰਘ ਦੇ ਸਪੁੱਤਰ ਨੇ, ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ, ਐਨ ਹੋ ਗਿਆ ਤਿਆਰ ਵਰ ਤਿਆਰ। ਤੇ ਮਾਤਾ ਨੇ ਇੱਕ ਵਾਰੀ ਫਿਰ ਆਖਿਆ, ਬੱਚਿਓ ਜਾਓ ਜ਼ਾਲਮ ਨੂੰ ਇੱਕ ਵਾਰੀ ਕੰਬਣੀ ਲਾ ਦਿਓ, ਉਹ ਪਤਾ ਲੱਗੇ ਗੁਰੂ ਗੋਬਿੰਦ ਸਿੰਘ ਦੇ ਲਾਲ ਉਹਦੀ ਕਚਹਿਰੀ ਦੇ ਵਿੱਚ ਆਏ ਨੇ। ਤੇ ਸਾਹਿਬਜ਼ਾਦਿਆਂ ਕਿਹਾ, ਮਾਤਾ ਇਸੇ ਤਰ੍ਹਾਂ ਹੀ ਕਰਾਂਗੇ। ਉਧਰੋਂ ਆਵਾਜ਼ ਪਈ ਹੈ, ਮਾਂ ਬੱਚਿਆਂ ਨੂੰ ਛੇਤੀ ਭੇਜ। ਸੂਬੇ ਨੇ ਕਚਹਿਰੀ ਦੇ ਵਿੱਚ ਬੁਲਾਇਆ, ਲੋ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਦੋਵੇਂ ਲਾਲ, ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ, ਤੁਰ ਪਏ ਨੇ। ਹੁਣ ਤੁਰੇ ਜਾਂਦੇ ਨੇ ਜ਼ਾਲਮ ਸੂਬੇ ਦੀ ਕਚਹਿਰੀ ਵੱਲ ਨੂੰ। ਉਹਨਾਂ ਜਾਂਦਿਆਂ ਜਾਂਦਿਆਂ ਪੜਿਆ, ਤੇ ਹੈ ਸ਼ਿਵਾ ਪਰ ਮੋਹੇ ਹੈ, ਸ਼ੁਭ ਕਰਮਨ ਤੇ ਕਬਹੂ ਨਾ ਡਰੋ, ਨਾ ਡਰੋ ਅਰਸੋ ਜਬ ਜਾਏ ਲਰੋ, ਨਿਸ਼ਚੈ ਕਰੀ ਆਪਣੀ ਜੀਤ ਕਰੋ, ਸਿੱਖੋ ਆਪਣੀ ਹੀ ਮਨ ਕੋ, ਇਹ ਲਾਲ ਚੌਂਗੜ ਤੋਂ ਉਚਰੋ, ਜਬ ਹੀ ਆਪ ਕੀ ਆਉਦਨੀ ਧਾਨ ਬਣੇ, ਅੱਜ ਹੀ ਰਣ ਮੈਂ ਤਬ ਜੂਝ ਮਰੋ। ਗੱਲਾਂ ਕਰਦੇ ਆ ਗਈ ਪਾਪੀ ਸੂਬੇ ਦੀ ਕਚਹਿਰੀ, ਦੋਵੇਂ ਸੂਰਮੇ ਹੋਏ ਕਚਹਿਰੀ ਦੇ ਵਿੱਚ ਦਾਖਲ, ਤਾਂ ਕਿ ਸੂਬੇ ਨੂੰ ਸਾਹਮਣੇ ਛੱਡ ਕੇ ਸਤਿ ਸ੍ਰੀ ਅਕਾਲ ਦੇ ਜਕਾਰੇ, ਭਈ ਮਾਰ ਕੇ ਲੰਗਾਰੇ, ਪਾਪੀ ਸੂਬੇ ਨੂੰ ਬੰਗਾਰਦੇ ਨੇ ਪਰਬਲਾਵਾ।
ਰਹਿੰਦੀਆਂ ਮਰਦਾ ਤੇਰੀਆਂ, ਨੱਕ ਰਹਿੰਦੀਆਂ ਫਤਿਹ ਸਿੰਘ ਤੇਰੀਆਂ, ਹਾਂ ਜੀ ਹਾਂ ਮਰਤਰੀਆਂ ਜਾ। ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ, ਜ਼ਾਲਮ ਸੂਬੇ ਦੀ ਕਚਹਿਰੀ ਵਿੱਚ ਗਏ ਨੇ, ਜਦੋਂ ਤੱਕਿਆ ਸੂਬੇ ਨੂੰ ਸਾਹਮਣੇ ਉਹਨਾਂ ਦੇ ਡਾਲੇ ਫਰਕ ਉੱਠੇ, ਤੱਕਿਆ ਸੂਬੇ ਨੂੰ ਸਾਹਮਣੇ ਉਹਨਾਂ ਨੂੰ ਜੋਸ਼ ਆਇਆ, ਉਹਨਾਂ ਨੇ ਛੱਡਿਆ ਜਕਾਰਾ, ਜਕਾਰਾ ਬੁਲਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ, ਸਤਿ ਸ੍ਰੀ ਅਕਾਲ ਵਾਲਿਆ ਸੱਚਿਆ ਸਤਿਗੁਰਾਂ ਫਿਰ ਪਾਣੇ ਦੀ ਲਾਜ ਫੌਜਾਂ ਦੇ ਮਾਲਕ ਬੱਚੇ ਕਹਿਣ ਲੱਗੇ ਸੁਣਿਆ ਨੀ ਜਕਾਰਾ ਛੱਡਿਆ ਤੇਰੇ ਕੰਨਾਂ ਚੋਂ ਮੈਲ ਕੱਢਦੀ, ਹਾਲੇ ਕਹਿੰਦਾ ਵੀ ਆਹ ਕੀ ਕਰਦੇ ਹੋ ਜਕਾਰਾ ਛੱਡਿਆ, ਕਹਿੰਦਾ ਜਾ ਇੱਥੇ ਜਕਾਰਿਆ, ਇਹ ਗੁਰੂ ਗੋਬਿੰਦ ਸਿੰਘ ਦਾ ਦਰਬਾਰ ਹੈ, ਇਹ ਅੰਮ੍ਰਿਤਸਰ ਹੈ। ਕਹਿਣ ਲੱਗੇ ਸੂਬਿਆ ਜਿਹੜੀਆਂ ਚੀਜ਼ਾਂ ਸਿਰ ਦੇ ਕੇ ਲਈਆਂ ਹੁਣ ਨਾ ਉਹ ਏਦਾਂ ਗੱਜ ਵੱਜ ਕੇ ਹੀ ਛੱਡੀ ਦੀਆਂ ਹੁੰਦੀਆਂ। ਕਹਿੰਦਾ ਗੱਲ ਸੁਣੋ, ਅਗਰ ਚਾਹੁੰਦੇ ਹੋ ਭਲਾ ਹੋ ਜਾਏ ਫਿਰ ਆਖੋ ਅਸਲਾਮਾ ਲੇਕਮ, ਅਸੀਂ ਆਖਾਂਗੇ ਵਾਲੇਕਮ ਇਸਲਾਮ। ਤੇ ਸਾਹਿਬਜ਼ਾਦੇ ਪਤਾ ਕੀ ਕਹਿੰਦੇ, ਆ ਕਹਿੰਦਾ ਛੱਡ ਕੇ ਜੈਕਾਰਿਆਂ ਨੂੰ ਸਿੰਘ ਨੀ ਕਦੇ ਸਲਾਮਾ ਕਹਿੰਦੇ। ਸੂਬਿਆ ਜੇ ਚਾਹੁੰਦਾ ਨਾ ਸਾਡੇ ਕੋਲੋਂ ਕੁਝ ਹੋਰ ਸੁਣਨਾ ਤੇ ਲੈ ਫਿਰ ਉਹ ਵੀ ਸੁਣ ਲੈ। ਓਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਬਾ ਕੰਬ ਗਿਆ, ਉਹਨੇ ਪੈਂਤੜਾ ਬਦਲ ਲਿਆ ਆਪਣਾ। ਕਹਿੰਦਾ ਬੱਚਿਓ ਸ਼ਾਇਦ ਤੁਹਾਨੂੰ ਪਤਾ ਹੀ ਨਹੀਂ ਤੁਹਾਡਾ ਜਿਹੜਾ ਪਿਓ ਤੇ ਅਸੀਂ ਗ੍ਰਿਫਤਾਰ ਕਰ ਲਿਆ। ਤੇ ਬਾਬਾ ਜ਼ੋਰਾਵਰ ਸਿੰਘ ਨੇ ਮਾਰਿਆ ਉੱਚੀ ਦੇਣੀ ਨਾਲ, ਕਹਿੰਦਾ ਹਾਂ ਆ ਕੋਈ ਮਾਂ ਨੇ ਹਾਲੇ ਤੱਕ ਪੁੱਤ ਨਹੀਂ ਪੈਦਾ ਕੀਤਾ ਹੋਇਆ, ਉਹ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੂੰ ਗ੍ਰਿਫਤਾਰ ਕਰ ਲਏ, ਉਹ ਨਹੀਂ ਮਾਂ ਨੇ ਪੁੱਤ ਪੈਦਾ ਕੀਤਾ, ਜਿਹੜਾ ਕਲਗੀਆਂ ਵਾਲੇ ਨੂੰ ਗ੍ਰਿਫਤਾਰ ਕਰ ਲਏ। ਕਹਿੰਦਾ ਵੇ ਤੁਹਾਨੂੰ ਇਹ ਵੀ ਨਹੀਂ ਪਤਾ ਤੁਹਾਡੇ ਵੱਡੇ ਭਾਈ ਉਹ ਅਸੀਂ ਕਤਲ ਕਰ ਦਿੱਤੇ ਨੇ। ਖੁਸ਼ ਹੋ ਕੇ ਕਹਿਣ ਲੱਗਾ, ਤੇ ਪਤਾ ਕੀ ਕਹਿੰਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਸਾਹਿਬ, ਕਹਿੰਦੇ ਗੱਲ ਸੁਣੋ ਏ ਤੂੰ ਸਾਡੀ ਗਿਣਤੀ ਕਿੰਨੀ ਕਰਦਾ। ਕਹਿੰਦਾ ਕਿੰਨੀ ਚਾਰ ਹੀ ਹੋ, ਦੋ ਤੁਸੀਂ ਤੇ ਦੋ ਉਹ। ਕਹਿੰਦੇ ਭੁੱਲਦਾ ਸੂਬਿਆ ਉਹ ਸਾਡੀ ਗਿਣਤੀ ਚਾਰ ਨਹੀਂ, ਅਸੀਂ ਤੇ ਉਸ ਦਿਨ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਹੋ ਗਏ ਸੀ ਜਿਸ ਦਿਨ ਗੁਰੂ ਗੋਬਿੰਦ ਸਿੰਘ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਸੀ। ਅਸੀਂ ਚਾਰ ਨਹੀਂ ਹਜ਼ਾਰਾਂ ਹਾਂ ਸੂਬਿਆ, ਉਹ ਕੋਈ ਮਾਂ ਦਾ ਪੁੱਤ ਸਾਨੂੰ ਮਾਰ ਨਹੀਂ ਸਕਦਾ। ਤੇ ਅੱਗੇ ਹੋਇਆ ਸੁੱਚਾ ਆਨੰਦ ਪਾਪੀ, ਜਿਹਨੂੰ ਗੁਰੂ ਕਾ ਪੰਥ ਝੂਠਾ ਆਨੰਦ ਕਹਿੰਦਾ, ਜਿਹੜਾ ਹੈ ਹੀ ਝੂਠਾ ਤੇ ਸੁੱਚਾ ਕਿੱਥੋਂ ਹੋ ਜਾਊ। ਅੱਗੇ ਹੋਇਆ ਕਹਿੰਦਾ ਜਨਾਬ ਕਾਹਨੂੰ ਮੱਥੇ ਲੱਗਦੇ ਹੋ, ਇਹਨਾਂ ਨਾਲ ਮੈਂ ਗੁਫ਼ਤਗੂ ਕਰਦਾ, ਇਹਨਾਂ ਨਾਲ ਮੈਂ ਗੱਲਬਾਤ ਕਰਦਾ। ਅੱਗੇ ਆ ਕੇ ਕਹਿੰਦਾ ਬੱਚਿਓ ਜੇ ਤੁਹਾਨੂੰ ਛੱਡ ਦੇਈਏ ਤੇ ਕੀ ਕਰੋਗੇ। ਸਾਹਿਬਜ਼ਾਦੇ ਕਹਿੰਦੇ ਕਰਨਾ ਕੀ ਹੈ, ਬਾਹਰ ਨਿਕਲਾਂਗੇ, ਜਿਹੜੇ ਸਿੰਘ ਇੱਧਰ ਉੱਧਰ ਖਿੰਡ ਗਏ ਨੇ ਕਈ ਜੰਗਲਾਂ ਵਿੱਚ ਰਹਿ ਗਏ ਨੇ ਉਹਨਾਂ ਕੋਲ ਜਾਵਾਂਗੇ, ਉਹਨਾਂ ਨੂੰ ਇਕੱਠੇ ਕਰਾਂਗੇ। ਕਹਿੰਦੇ ਫਿਰ ਕੀ ਕਰੋਗੇ। ਕਹਿੰਦਾ ਤੁਸੀਂ ਆਨੰਦਪੁਰ ਤੇ ਹੱਲੇ ਬੋਲਦੇ ਰਹੇ, ਅਸੀਂ ਤੁਹਾਡੇ ਸਰਹੰਦ ਤੇ ਹੱਲੇ ਬੋਲਾਂਗੇ। ਕਿੰਨਾ ਚਿਰ, ਜਿੰਨਾ ਚਿਰ ਤੁਹਾਡੇ ਸਰਹੰਦ ਦੀ ਇੱਟ ਦੇ ਨਾਲ ਇੱਟ ਨਹੀਂ ਖੜਕਾ ਦਿੰਦੇ।
ਇਹ ਤੇ ਖੜਕ ਕਈ ਰਹਿਣੀ ਹੈ। ਅੱਜ ਖੜਕ ਖੜਚ ਖੜਕ ਜਾਏ ਉਹ ਜਾਂ ਕੱਲ ਖੜਕ ਜਾਏ। ਤੇ ਕਹਿਣ ਲੱਗਾ ਜਨਾਬ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੀ ਹੁੰਦੇ ਆ ਤੇ ਨਾਲੇ ਸੱਪ ਦੇ ਪੁੱਤ ਸਪੋਲੀਏ ਹੀ ਹੋਣੇ ਆ। ਉਹ ਜਿਸ ਗੁਰੂ ਨੇ ਏਡੇ ਪਰ ਉਪਕਾਰ ਕੀਤੇ ਅੱਜ ਉਸ ਗੁਰੂ ਦੇ ਬਾਰੇ ਇਹੋ ਜਿਹੀ ਮੰਦੀ ਸ਼ਬਦਾਵਲੀ ਵਰਤਦਾ। ਪਰ ਪਿਆਰਿਓ ਇਹ ਸੱਚ ਹੈ, ਜਦੋਂ ਬੰਦਾ ਗੁਲਾਮ ਹੋਵੇ ਨਾ ਉਹਦੀ ਸੋਚ ਆਜ਼ਾਦ ਨਹੀਂ ਹੋ ਸਕਦੀ। ਤੇ ਇੱਕ ਹੋਰ ਗੱਲ ਆਖਾਂ, ਕੌਮ ਸਾਰੀ ਕੋਈ ਮਾੜੀ ਨਹੀਂ ਹੁੰਦੀ, ਚੰਗੇ ਮਾੜੇ ਬੰਦੇ ਸਾਰੀਆਂ ਕੌਮਾਂ ਵਿੱਚ ਹੀ ਹੁੰਦੇ ਆ। ਸਿੱਖਾਂ ਵਿੱਚ ਕਿਤੇ ਸਾਰੇ ਚੰਗੇ ਹੀ ਨੇ? ਆਪਣੇ ਮਰਵਾਉਣ ਵਾਲੇ, ਆਪਣੇ ਮਾਰਨ ਵਾਲੇ ਤੇ ਆਪਣੀ ਸੂਹਾਂ ਦੇਣ ਵਾਲੇ ਆਪਣੀ ਇੱਕ ਦੂਜੇ ਤੇ ਵਾਰ ਕਰੀ ਜਾਂਦੇ ਨੇ। ਦੁਸ਼ਮਣਾਂ ਤੇ ਕੀ ਗਿਲਾ, ਉਹ ਪਾਤਸ਼ਾਹਾਂ ਦੇ ਪਾਤਸ਼ਾਹ ਵੇਚ ਦਿੱਤੀਆਂ ਖੁਦ ਤੇਰੇ ਸਰਦਾਰਾਂ ਨੇ ਸਰਦਾਰੀਆਂ, ਟਕੇ ਟਕੇ ਨੂੰ ਵਿਕਦੇ ਵੇਖੇ ਜਾ ਸਕਦੇ ਨੇ। ਖੈਰ ਮੇਰਾ ਇਹ ਮਜ਼ਬੂਨ ਨਹੀਂ, ਗੁਰੂ ਪਿਆਰਿਓ ਸਾਹਿਬਜ਼ਾਦਿਆਂ ਨੂੰ ਇਹ ਕਹਿ ਕੇ ਮਾਤਾ ਕੋਲ ਭੇਜ ਦਿੱਤਾ। ਕਹਿੰਦੇ ਭੇਜ ਦਿਓ ਵਾਪਸ ਤੇ ਜਾ ਕੇ ਉਹ ਬੁੱਢੀ ਮਾਂ ਨੂੰ ਸਮਝਾਓ, ਇਹ ਤੇ ਬੱਚੇ ਨੇ, ਉਹਨੂੰ ਕਹੋ ਜੇ ਇਹਨਾਂ ਨੂੰ ਜਿਉਂਦੇ ਵੇਖਣੇ ਚਾਹੁੰਦੀ ਹੈ ਨਾ, ਤੇ ਫਿਰ ਭੁੜਕ ਭੁੜਕ ਕੇ ਇਹ ਗੱਲਾਂ ਨਾ ਕਰਨ, ਫਿਰ ਏਦਾਂ ਨਾ ਇਹ ਸਾਡੇ ਕੋਲ ਵੱਧ ਚੜ ਕੇ ਆਉਣ। ਜਦੋਂ ਗੱਲ ਆਖੀ ਨਾ ਤੇ ਸਾਹਿਬਜ਼ਾਦਿਆਂ ਨੇ ਵੀ ਸੁਣ ਲਈ, ਵਾਪਸ ਆ ਗਏ ਮਾਤਾ ਜੀ ਕੋਲ। ਰਾਤ ਪੈ ਗਈ ਏ, ਫਿਰ ਉਸੇ ਤਰ੍ਹਾਂ ਮਾਂ ਔਰ ਬੱਚੇ ਠੰਡੇ ਬੁਰਜ ਦੇ ਵਿੱਚ ਕੈਦ ਨੇ। ਇੱਕ ਸ਼ਖਸ਼ ਜਿਹਦਾ ਇਤਿਹਾਸ ਨੇ ਜ਼ਿਕਰ ਕੀਤਾ ਤੇ ਮੈਂ ਕੁਤਾਹੀ ਨਹੀਂ ਕਰਾਂਗਾ ਵੀ ਉਹਦਾ ਜ਼ਿਕਰ ਨਾ ਕਰਾਂ। ਉਹ ਕੌਣ ਹੈ? ਮੋਤੀ ਰਾਮ ਮਹਿਰਾ, ਜਿਹਨੇ ਆਪਣੇ ਘਰ ਦੇ ਗਹਿਣੇ ਵੇਚ ਕੇ ਇਹਨਾਂ ਬੱਚਿਆਂ ਨੂੰ ਤੇ ਮਾਤਾ ਜੀ ਨੂੰ ਦੁੱਧ ਛਕਾਇਆ। ਇਤਿਹਾਸ ਵਿੱਚ ਬਚਨ ਆਉਂਦਾ, ਧਨ ਮੋਤੀ ਜਿਨ ਪੁੰਨ ਕਮਾਇਆ, ਗੁਰਲਾਲਾਂ ਤਾਈਂ ਦੁੱਧ ਪੜਾਇਆ। ਉਹ ਗੁਰੂ ਕੇ ਲਾਲਾਂ ਦੀ ਉਹਨੇ ਸੇਵਾ ਕੀਤੀ, ਆਪਣੀ ਜਾਨ ਆਪਣੀ ਜ਼ਿੰਦਗੀ ਉਸ ਪਿਆਰੇ ਨੇ ਪਿਆਰਿਓ ਕੋਹਲੂ ਦੇ ਵਿੱਚ ਪੜਵਾਉਣੀ ਤੇ ਪ੍ਰਵਾਨ ਕਰ ਲਈ। ਪਰ ਉਹ ਗੁਰੂ ਕਾ ਪਿਆਰਾ ਸਾਹਿਬਜ਼ਾਦਿਆਂ ਨੂੰ ਦੁੱਧ ਛਕਾਉਂਦਾ ਰਿਹਾ। ਹੋਰ ਕੋਈ ਆਸਰਾ ਨਹੀਂ, ਕੱਪੜਾ ਲੀੜਾ ਨਹੀਂ, ਰਾਤ ਗੁਜ਼ਰ ਜਾਂਦੀ ਏ। ਖੈਰ ਪੇਸ਼ੀਆਂ ਤੇ ਤਿੰਨ ਹੋਈਆਂ ਨਾ, ਦੂਜੀ ਪੇਸ਼ੀ ਹੋਈ, ਫਿਰ ਸਾਹਿਬਜ਼ਾਦੇ ਉਸੇ ਤਰ੍ਹਾਂ ਜਾ ਕੇ ਗੱਜੇ, ਸੂਬਾ ਨਿਰੁੱਤਰ ਹੋ ਗਿਆ। ਉਹ ਕਹਿੰਦਾ ਇੱਕ ਵਾਰੀ ਭੇਜ ਦਿਓ, ਇਸ ਤੋਂ ਬਾਅਦ ਮੁੜ ਕੇ ਇਹਨਾਂ ਦੇ ਮੂੰਹ ਮੈਂ ਚੱਜ ਨਾਲ ਹੀ ਲੱਗਾਂਗਾ, ਜਾਂ ਤੇ ਇਹ ਇਸਲਾਮ ਕਬੂਲ ਕਰ ਲੈਣਗੇ ਤੇ ਜਾਂ ਫਿਰ ਇਹਨਾਂ ਨੂੰ ਕਤਲ ਕਰਵਾ ਦਿਆਂਗਾ। ਲਓ ਜੀ, ਦੋ ਵਾਰੀ ਕਚਹਿਰੀ ਵਿੱਚ ਜਾ ਕੇ ਸਾਹਿਬਜ਼ਾਦੇ ਆ ਗਏ ਤੇ ਮਾਂ ਗੁਜਰੀ ਵੀ ਇਹ ਗੱਲ ਜਾਣਦੀ ਏ ਵੀ ਅੱਗੇ ਤੇ ਜਾ ਕੇ ਮੁੜਦੇ ਰਹੇ, ਅੱਜ ਚਲੇ ਜਾਣਗੇ, ਇਹਨਾਂ ਨੇ ਮੁੜ ਕੇ ਨਹੀਂ ਆਉਣਾ। ਅੱਜ ਦੀ ਰਾਤ ਇਹਨਾਂ ਸਰੀਰਾਂ ਵਿੱਚ ਇਹ ਸੋਹਣੀਆਂ ਸੋਹਣੀਆਂ ਸੂਰਤਾਂ ਆਖਰੀ ਰਾਤ ਨੇ। ਮਾਤਾ ਉਹਨਾਂ ਵੱਲ ਵੇਖਦੀ ਏ ਤੇ ਮਾਤਾ ਨੂੰ ਚੇਤੇ ਆ ਗਈ ਮਾਂ ਜੀਤੋ ਰਾਣੀ। ਮਾਤਾ ਜੀਤੋ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ, ਜਿਹੜੇ ਚਾਹੁੰਦੇ ਸੀ ਕਿ ਮੈਂ ਸਾਹਿਬਜ਼ਾਦਿਆਂ ਦੇ ਵਿਆਹ ਹੁੰਦੇ ਵੇਖਾਂ, ਇਹਨਾਂ ਦੇ ਆਨੰਦ ਕਾਰਜ ਹੁੰਦੇ ਵੇਖਾਂ, ਤੇ ਸਤਿਗੁਰੂ ਨੇ ਭਾਣਾ ਵਰਤਦਾ ਦਿਖਾ ਦਿੱਤਾ। ਮਾਤਾ ਜੀਤੋ ਜੀ ਸੱਚਖੰਡ ਚਲੇ ਗਏ ਤੇ ਹੁਣ ਮਾਂ ਗੁਜਰੀ ਕਹਿਣ ਲੱਗੀ, ਮੇਰੀ ਇਹ ਧੀਏ ਜੀਤੋ ਨੀ ਬੱਚੀਏ, ਭਾਵੇਂ ਦੋ ਕੁ ਮਿੰਟ ਹੀ ਲੈ ਕੇ ਆ ਜਾ, ਤੇਰੇ ਲਾਲ ਨਾ ਕੱਲ ਨੂੰ ਮੌਤ ਨਾਲ ਲਾਵਾਂ ਲੈ ਜਾਣਗੇ, ਇਹਨਾਂ ਨੇ ਮੌਤ ਵਿਆਉਣੀ ਏ।
ਦੁਨਿਆਵੀ ਲਾੜੀ ਨਹੀਂ ਵਿਆਹਣੀ ਮੇਰੀ ਧੀਏ, ਅੜੀਏ ਕੱਲੀ ਬੈਠੀ ਆ ਠੰਡੇ ਬੁਰਜ ਦੇ ਵਿੱਚ, ਮੇਰਾ ਸਾਥ ਦੇਣ ਵਾਲੀ ਕੋਈ ਨਹੀਂ, ਤੇ ਮੇਰਾ ਦਿਲ ਕਰਦਾ ਮੈਂ ਤੇਰੇ ਨਿੱਕੇ ਨਿੱਕੇ ਛੋਟੇ ਛੋਟੇ ਇਹਨਾਂ ਨੰਨਿਆਂ ਪੁੱਤਰਾਂ ਦੀ, ਇਹਨਾਂ ਬੱਚਿਆਂ ਦੀ ਘੋੜੀ ਗਾਵਾਂ। ਵਿਆਹ ਤੋਂ ਪਹਿਲਾਂ ਘੋੜੀਆਂ ਗਾਈਆਂ ਜਾਂਦੀਆਂ ਨੇ, ਮੇਰਾ ਦਿਲ ਚਾਹੁੰਦਾ ਇਹਨਾਂ ਹੀਰਿਆਂ ਦੀ ਮੈਂ ਜਾਂਦੇ ਹੋਏ ਸੋਹਣਿਆਂ ਦੀ ਬਰਾਤ ਤੋਂ ਪਹਿਲਾਂ ਇਹਨਾਂ ਦੀ ਘੋੜੀ ਗਾਵਾਂ ਨੀ, ਭਾਵੇਂ 2 ਮਿੰਟ ਲੈ ਕੇ ਆ ਜਾ ਮੇਰੇ ਨਾਲ ਮਿਲ ਕੇ ਘੋੜੀ ਤੇ ਗਾ ਲਾ। ਜੀਤਾ ਬੱਚਿਆ ਸ਼ਹੀਦੀਆਂ ਚੱਲੇ ਸਿਰੇ ਬੰਨ ਕੇ ਦੋਨੋਂ ਸਿਰਾਂ ਉੱਤੇ ਆ ਲਾੜੀ ਮੌਤ ਨੂੰ ਲਾੜੇ ਵਿਆਉਣ ਚੱਲੇ ਵਧਾਉਣ ਚੱਲਿਆ ਹੋ। ਉਹ ਲੋਕ ਵਿਆਹ ਦੇ ਉੱਤੇ ਘੋੜੀਆਂ ਗਾਉਂਦੇ ਨੇ, ਪਰ ਸਿੱਖ ਧਰਮ ਅੰਦਰ ਸ਼ਹੀਦਾਂ ਦੀਆਂ ਘੋੜੀਆਂ ਵੀ ਗਾਈਆਂ ਜਾਂਦੀਆਂ ਨੇ। ਠੰਡਾ ਬੁਰਜ ਟਿਕੀ ਹੋਈ ਰਾਤ ਤੇ ਠੰਡੇ ਬੁਰਜ ਦੇ ਵਿੱਚ ਬੈਠੀ ਮਾਂ ਗੁਜਰੀ ਆਪਣੇ ਸੋਹਣਿਆਂ ਦੀ ਘੋੜੀ ਗਾਉਂਦੀ ਏ, ਕਹਿੰਦੀ ਉਹ ਮੇਰੇ ਹੀਰਿਓ, ਉਹ ਮੇਰੇ ਚੰਨਿਓ, ਹੋਰ ਤੇ ਮੇਰੇ ਨਾਲ ਹੈ ਨੀ ਕੋਈ, ਮੇਰੇ ਪੁੱਤਰ ਵਾਹ ਮਿਲ ਕੇ ਆਪਾਂ ਹੀ ਗੀਤ ਗਾ ਲਈਏ। ਕੀ ਗਾਉਂਦੀ ਏ? ਕਹਿੰਦੀ ਗਾਓ ਗੀਤ ਬਤਨ ਦੇ ਸੋਹਣਿਓ, ਅੱਜ ਸ਼ਗਨਾਂ ਵਾਲੀ ਰਾਤ ਏ, ਲਾੜੀ ਮੌਤ ਨਾ ਸਵੇਰੇ ਮੁਲਾਕਾਤ ਏ।
ਪਿਆਰ ਭੁੱਲ ਜਾਓਗੇ, ਖੂਨੀ ਕੰਧ ਦੇ ਕੜਾਵੇ ਵਿੱਚ ਆਓਗੇ, ਦਾਦੀ ਦਾ ਪਿਆਰ ਭੁੱਲ ਜਾਓਗੇ, ਖੂਨੀ ਕੰਧ ਦੇ ਕੜਾਵੇ ਵਿੱਚ ਆਓਗੇ, ਆਪਣੇ ਧਰਮ ਦੇ ਪਾਸ ਤੇ ਬਿਮਾਰ ਮਿੱਟਣਾ, ਸਿੰਘਾਂ ਦੀ ਕਰਾ ਮਾਤ ਹੈ, ਲਾੜੀ ਮੌਤ ਨਾ ਸਵੇਰੇ ਮੁਲਾਕਾਤ ਹੈ, ਗਾਓ ਗੀਤ ਵਤਨ ਤੇ ਸੋਹਣਿਆ, ਮੇਸ਼ ਨੂੰ ਬਿਕਸ ਹਾਲ ਚ ਪੁੱਟੜੀ ਮਾ
ਬਾਤ ਹੈ, ਲਾੜੀ ਮੌਤ ਨਾ ਸਵੇਰੇ ਮੁਲਾਕਾਤ ਹੈ, ਗਾਓ ਗੀਤ ਵਤਨ ਦੇ ਸੋ।